ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਪੰਜਾਬ ਵਿੱਚ ਪਹਿਲਾ ਪਲਾਂਟ ਫਾਇਰਕਾ ਵਿੱਚ ਲੱਗ ਰਿਹਾ ਹੈ। ਅੱਜ ਇਸ ਪ੍ਰੋਜੈਕਟ ਨੂੰ ਲਗਾਉਣ ਲਈ ਕੰਪਨੀ ਦੇ ਪ੍ਰਬੰਧਕ ਇਸ ਦਾ ਉਦਘਾਟਨ ਕਰ ਲਿਆ। ਇਸ ਫੂਡ ਪ੍ਰੋਸੈਸਿੰਗ ਉਦਯੋਗ ਉੱਪਰ 100 ਕਰੋੜ ਰੁਪਏ ਦੀ ਲਾਗਤ ਆਵੇਗੀ। ਜ਼ਿਕਰਯੋਗ ਹੈ ਕਿ ਇਸ ਫੂਡ ਪ੍ਰੋਸੈਸਿੰਗ ਯੂਨਿਟ ਵਿੱਚ ਨਾਮਵਰ ਕੰਪਨੀਆਂ ਦਾ ਕੰਮ ਹੋਵੇਗਾ, ਯਾਨੀ ਕਿ ਪੈਪਸੀਕੋ, ਨੈਸਲੇ, ਬ੍ਰਿਟਾਨੀਆ ਅਤੇ ਹੋਰ ਕੰਪਨੀਆਂ ਦੇ ਪ੍ਰੋਡਕਟ ਤਿਆਰ ਕੀਤੇ ਜਾਣਗੇ।